ਸੋਸ਼ਲ ਮੀਡੀਆ ਤੇ ਇੱਕ ਪੋਸਟ ਬੜੀ ਦੇਖਣ ਨੂੰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਮ ਜਿਹੇ ਕਰੀਬ 15 ਕ ਉਮੀਦਵਾਰਾਂ ਵੱਲੋਂ ਜਾਂ ਫਿਰ ਆਮ ਆਦਮੀ ਪਾਰਟੀ ਦੇ ਕਰੀਬ 15 ਕ ਆਮ ਨੁਮਾਇੰਦਿਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਨੂੰ ਜ਼ਿਆਦਾ ਨਹੀਂ ਸਿਰਫ 15 100 ਕਰੋੜ ਦੇ ਡੈਫਾਮੇਸ਼ਨ ਦੇ ਨੋਟਿਸ ਘੱਲੇ ਗਏ ਨੇ ਸੇਵ ਗੁਰਤੇਜ ਸਿੰਘ ਪੰਨੂ ਤਿਆਰ ਹੈ ਮੈਂ ਐਫੀਡਿਵਟ ਹਾਈ ਕੋਰਟ ਚ ਜਾ ਕੇ ਦਿਨਾ ਲਾਈਟ ਡਿਟੈਕਟਰ ਟੈਸਟ ਕਰਾਇਆ ਜੇ 1500 ਕਰੋੜ ਦਾ ਤੁਸੀਂ ਜਿਹੜੇ ਦਾਅਵੇ ਪਾਏ ਜੇ ਤੁਸੀਂ ਇੱਕ ਪਿਓ ਦੇ ਪੁੱਤ ਹੋ ਤੇ ਜਰੂਰ ਜਾ ਕੇ ਐਫੀਡਿਵਟ ਹਾਈ ਕੋਰਟ ਲਾਓ ਤੇ ਲਾਈਟ ਡਿਟੈਕਟਰ ਟੈਸਟ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਪੰਜਾਬ ਨੂੰ ਵੀ ਪਤਾ ਲੱਗੂਗਾ ਜੇ ਮੈਂ ਝੂਠਾ ਨਿਕਲਿਆ ਮੈਂ ਮੂਤੇ ਆਪ ਕਾਲਕ ਮਿਲੂੰਗਾ ਤੇ ਪੰਜਾਬ ਛੱਡ ਕੇ ਚਲ ਜੂੰਗਾ ਤੇ ਜੇ ਇਹ ਝੂਠੇ ਹੋਏ ਤੇ ਫਿਰ ਬੋਰੀਆ ਬਿਸਤਰਾ ਕਰਨ ਪੈਕ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਕਹੋ ਚਲੋ ਵਾਪਸ ਦਿੱਲੀ ਇੱਥੋਂ ਨਿਕਲੋ ਹਣ ਮੈਂ ਕਿਹਾ ਵੀ ਜੱਟਾਂ ਦਾ ਮੁੰਡਾ ਕਿਤੇ ਜੋਤਸ਼ੀ ਵਾਲਾ ਕੰਮ ਵੀ ਕੀਤਾ ਹੋਇਆ ਸਿੱਖਿਆ ਹੋਇਆ ਕਿਤੇ ਤੁਸੀਂ ਕੁਝ ਦਿਨ ਪਹਿਲਾਂ ਹੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਗੱਲ ਕਹੀ ਸੀ ਬਈ ਹੁਣ ਇਹ ਕਿਸਾਨਾਂ ਨੂੰ ਬਦਨਾਮ ਕਰਨਗੀ ਫਿਰ ਆਪਾਂ ਇਹੋ ਜੀ ਪਰਸੈਪਸ਼ਨ ਬਣਾਉਣੀ ਹੈ ਵੀ ਕਿਸਾਨ ਜਿਹੜੇ ਨੇ ਉਹ ਬੀਜੇਪੀ ਦੀ ਬੀ ਟੀਮ ਹੈ ਉਹ ਆਪਣੇ ਆਈਟੀ ਸੈੱਲ ਨੂੰ ਇਹਨਾਂ ਨੇ ਇੰਸਟਰਕਸ਼ਨ ਦਿੱਤੀ ਸੀ ਮੈਂ ਤੁਹਾਨੂੰ 2 ਦਿਨ ਪਹਿਲਾਂ ਦੱਸਤੀਆਂ ਸੀ ਉਸ ਤੋਂ ਬਾਅਦ ਇਹਨਾਂ ਦੀ ਪ੍ਰੈਸ ਕਾਨਫਰੰਸਾਂ ਸ਼ੁਰੂ ਹੋ ਗਈਆਂ ਹੁਣ ਅੱਜ ਉਹੀ ਰਾਜੇਵਾਲ ਸਾਹਿਬ ਜਿਨ੍ਹਾਂ ਨੂੰ ਇਹ ਹੱਥ ਜੋੜ ਕੇ ਕਹਿੰਦੇ ਹੁੰਦੇ ਸੀ ਵੀ ਸਾਨੂੰ ਮੋਰਚੇ 'ਚ ਆ ਕੇ 5 ਮਿੰਟ ਬਹਿ ਲੈਂਦੋ ਅੱਜ ਉਹੀ ਰਾਜੇਵਾਲ ਸਾਹਿਬ ਬੀਜੇਪੀ ਦੀ ਬੀ ਟੀਮ ਹੋ ਗਏ ਹੁਣ ਮੈਂ ਗੱਲਾਂ ਨਾਲ ਨੰਬਰ ਦੀ ਨੰਬਰ 'ਚ ਕੋਈ ਸੀਐਮਪੀਜ ਦੀ ਸਿਆਸਤ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਨੰਬਰ 'ਚ ਸਿਰਫ ਇੱਕ ਚੀਜ਼ ਚੈੱਕ ਕੀਤੀ ਜਾ ਰਹੀ ਹੈ ਉਹ ਦੇਖਣਾ ਚਾਹੁੰਦੇ ਆਂ ਵੀ ਅੱਜ ਭਗਵੰਤ ਮਾਨ ਦੀ ਪੌਪੁਲਾਰਿਟੀ ਕਿਤੇ ਮੇਰੇ ਤੋਂ ਜ਼ਿਆਦਾ ਤੇ ਨਹੀਂ ਵੱਧ ਗਈ ਜੇ ਜ਼ਿਆਦਾ ਵੱਧ ਗਈ ਤਾਂ ਉਹਨੂੰ ਕੁੰਜੇ ਕਿਵੇਂ ਲਾਉਣਾ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਬੜੀ ਦੇਖਣ ਨੂੰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਮ ਜਿਹੇ ਕਰੀਬ 15 ਕ ਉਮੀਦਵਾਰਾਂ ਵੱਲੋਂ ਜਾਂ ਫਿਰ ਆਮ ਆਦਮੀ ਪਾਰਟੀ ਦੇ ਕਰੀਬ 15 ਕ ਆਮ ਨੁਮਾਇੰਦਿਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਨੂੰ ਜ਼ਿਆਦਾ ਨਹੀਂ ਸਿਰਫ 15 100 ਕਰੋੜ ਦੇ ਡੈਫਰਮੇਸ਼ਨ ਦੇ ਨੋਟਿਸ ਕੱਲੇ ਗਏ ਨੇ ਦੇ ਖਬਰਸਾਰ ਅਤੇ ਐਚਐਸਐਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਉਹ ਪੰਜਾਬੀ ਨੌਜਵਾਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਤੇ ਸਵਾਲ ਕੁਝ ਹੋਰ ਵੀ ਨਹੀਂ ਉਹ ਵੀ ਪੁੱਛਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਪੰਨੂ ਭਾਜੀ ਬਾਸ ਸਵਾਗਤ ਹੈ ਤੇ ਖਬਰਸਾਰ ਤੇ ਬਹੁਤ ਬਹੁਤ ਧੰਨਵਾਦ ਠਾਕੁਰ ਸਾਹਿਬ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੁਣਨ ਜਾ ਰਹੇ ਆ ਵੀ ਆਮ ਜਿਹੇ ਲੋਕਾਂ ਨੇ ਤੁਹਾਨੂੰ ਸਿਰਫ 1500 ਦੇ ਡਿਫਰਮੇਸ਼ਨ ਦੇ ਨੋਟਿਸ ਘੱਲੇ ਨੇ ਕਿੰਨੀ ਸੱਚਾਈ ਹੈ ਇਸ ਗੱਲ ਦੇ ਵਿੱਚ ਤਕਰੀਬਨ 15 ਕਾ ਨੋਟਿਸ ਜਿਹੜੇ ਹੈਗੇ ਮੈਂ ਸੋਸ਼ਲ ਮੀਡੀਆ ਤੇ ਕਿਉਂਕਿ ਵਾਇਰਲ ਹੋ ਰੀਆਂ ਪੋਸਟਸ ਕਾਫੀ ਜ਼ਿਆਦਾ ਤੇ 15 ਕ ਉਮੀਦਵਾਰਾਂ ਨੇ 100-100 ਕਰੋੜ ਦੇ ਨੋਟਿਸਸ ਭੇਜੇ ਜੇ ਟੋਟਲ ਕਰੀਏ ਤੇ 1500 ਕਰੋੜ ਦੇ ਨੋਟਿਸਸ ਬਣ ਜਾਂਦੇ ਆ ਤੇ ਇਸ ਤੋਂ ਇੱਕ ਗੱਲ ਤੇ ਅੱਜ ਕਲੀਅਰ ਹੋ ਜਾਂਦੀ ਹੈ ਵੀ ਇਹ ਕਿਹੇ ਜੇ ਆਮ ਬੰਦੇ ਨੇ ਜਿਨ੍ਹਾਂ ਤੋਂ ਜਿਨ੍ਹਾਂ ਨੂੰ 1500 ਕਰੋੜ ਦਾ ਨੁਕਸਾਨ ਸਾਡੇ ਚਾਰ ਸਵਾਲਾਂ ਨਾਲ ਹੋ ਗਿਆ ਅਸੀਂ ਤੇ ਆਪਣੇ ਪਾਰਟੀ ਪ੍ਰਧਾਨ ਨੂੰ ਚਾਰ ਸਵਾਲ ਪੁੱਛੇ ਸੀ ਉਸ ਚਾਰ ਸਵਾਲਾਂ ਦਾ ਇਹਨਾਂ ਨੂੰ 1500 ਕਰੋੜ ਨੁਕਸਾਨ ਹੈ ਤੇ ਹੁਣ ਚਲੋ ਇਹਨਾਂ ਨੇ ਪਾ ਤੇ ਦਿੱਤੇ ਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਜ਼ਰੂਰ ਚਾਹਨਾ ਹੈ ਵੀ ਜੇ ਇੱਕ ਪਿਓ ਦੇ ਪੁੱਤੋਂ ਤੇ ਗੁਰਤੇਜ ਸਿੰਘ ਬੰਨੂ ਤਿਆਰ ਹੈ ਮੈਂ ਐਫੀਡੇਵਿਟ ਹਾਈ ਕੋਰਟ ਚ ਜਾ ਕੇ ਦਿਨਾ ਲਾਈਟ ਡਿਟੈਕਟਰ ਟੈਸਟ ਕਰਾਇਆ ਜੇ 1500 ਕਰੋੜ ਦਾ ਤੁਸੀਂ ਜਿਹੜੇ ਦਾਅਵੇ ਪਾਏ ਜੇ ਤੁਸੀਂ ਇੱਕ ਪਿਓ ਦੇ ਪੁੱਤੋਂ ਤੇ ਜ਼ਰੂਰ ਜਾ ਕੇ ਐਫੀਡੇਵਿਟ ਹਾਈ ਕੋਰਟ ਲਾਓ ਤੇ ਲਾਈਟ ਡਿਟੈਕਟਰ ਟੈਸਟ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਪੰਜਾਬ ਨੂੰ ਵੀ ਪਤਾ ਲੱਗੂਗਾ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਜੇ ਮੈਂ ਝੂਠਾ ਨਿਕਲ ਜਾਂਗਾ ਤੇ ਜੇ ਇਹ ਉਠੇ ਹੋਏ ਤੇ ਫਿਰ ਬੋਰੀਆ ਬਿਸਤਰਾ ਕਰਨ ਪੈਕ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਕਹੋ ਚਲੋ ਵਾਪਸ ਦਿੱਲੀ ਇੱਥੋਂ ਨਿਕਲੋ ਹਣ ਬਥੇਰੀ ਦਿਰ ਪੰਜਾਬ ਲੁੱਟਕ ਸੌਟ ਕਰ ਲਈ ਪਿਛਲੀ ਵਾਰੀ ਐਨਆਰਈਆਂ ਦਾ ਨੰਬਰ ਲੱਗਾ ਸੀ ਐਤ ਕੀ ਪੰਜਾਬੀਆਂ ਦਾ ਲੱਗਿਆ ਹੁਣ ਬਥੇਰਾ ਹੋ ਗਿਆ ਹੁਣ ਚਲੋ ਆਪਣਾ ਦਿੱਲੀ ਨੂੰ ਵਾਪਸ ਨਹੀਂ ਆ ਵੈਸੇ ਕਿਸੇ ਬੰਦੇ ਨੂੰ ਕੋਈ 10-15 ਲੱਖ ਦਾ ਨੋਟਿਸ ਵੀ ਆ ਜਾਵੇ ਨਾ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਮੈਂ ਦੇਖ ਰਿਹਾ ਤੁਸੀਂ ਫਿਰ ਵੀ ਖੜੇ ਮੱਥੇ ਬੈਠੇ ਹੋਏ ਖੜੇ ਮੱਥੇ ਬੈਠੇ ਹੋ ਚਿਹਰੇ ਤੇ ਮੁਸਕਾਨ ਹੈ ਕੀ ਗੱਲ ਕੋਈ ਟੈਨਸ਼ਨ ਨਹੀਂ ਉਹ ਪੰਜਾਬ ਦਾ ਪੁੱਤ ਹੈ ਜੱਟ ਦਾ ਪੁੱਤ ਹੈ ਇਹ ਜੇ 1500 ਛੱਡ ਕੇ 15000 ਕਰੋੜ ਦੇ ਨੋਟਿਸ ਦੇਣ ਪੰਜਾਬ ਦੀ ਲੜਾਈ ਲੜਨ ਵਾਸਤੇ ਇਹਨਾਂ ਦੇ ਦਬਕੇ ਤੇ ਇਹਨਾਂ ਦੀ ਗਿੱਦੜ ਧਮਕੀਆਂ ਤੋਂ ਮੈਂ ਡਰਨ ਵਾਲਾ ਨਹੀਂਗਾ ਉਹ ਰੀਜ਼ਨ ਹੁਣ ਸੁਣੋ 1500 ਕਰੋੜ ਦਾ ਪਾਉਂਦਾ ਰੀਜ਼ਨ ਕੀ ਹੈ ਇੱਕ ਤੇ ਮੇਰੀ ਆਵਾਜ਼ ਜਿਹੜੀ ਹੈ ਮੇਰੀ ਦਬਾਉਣਾ ਚਾਹੁੰਦੇ ਆ ਇੱਕ ਅੱਜ ਦੀ ਡੇਟ 'ਚ ਅਸੀਂ ਉਸ ਦਿਨ ਜਿਸ ਦਿਨ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਨਾਲ 56 ਹਲਕੇ ਦਾ ਜ਼ਿਕਰ ਕੀਤਾ ਸੀ ਹੁਣ ਉਹ 56 ਹਲਕੇ 70 80 ਤੱਕ ਪਹੁੰਚਣ ਜਾ ਰਹੇ ਆ ਇਹ ਲੋਕਾਂ ਦੀ ਜ਼ੁਬਾਨ ਦਬਾਉਣ ਨੂੰ ਲੋਕਾਂ ਨੂੰ ਡਰੋਂ ਵਾਸਤੇ ਵੀ ਦੇਖੋ ਅਸੀਂ ਉਹ ਮੁੰਡਿਆਂ ਦਾ ਕੀ ਹਾਲ ਕੀਤਾ ਜਿਹੜਾ ਦਬਕੇ ਮਾਰਦਾ ਨਾ ਕੇਜਰੀਵਾਲ ਤੇ ਉਹ ਰਾਗਵ ਚੱਡਾ ਵੀ ਅਸੀਂ ਛੱਡਾਂਗੇ ਨਹੀਂ ਅਸੀਂ ਐ ਕਰਦਾਂਗੇ ਅਸੀਂ ਉਹ ਕਰਦਾਂਗੇ ਉਹਨਾਂ ਨੂੰ ਡਰੋਂ ਵਾਸਤੇ ਕੀਤਾ ਜਾਂਦਾ ਸਾਡਾ ਤੇ ਹੁਣ ਉਹਨਾਂ ਨੂੰ ਕਲੀਅਰ ਹੋ ਗਿਆ ਵੀ ਅਸੀਂ ਡਰਦੇ ਨਹੀਂਗੇ ਕਿਉਂਕਿ ਮੈਂ ਤੇ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਹਾਲਾ ਕਿ ਜੇ ਨਾ ਕਰਦੇ ਸ਼ਾਇਦ ਮੈਂ ਇੱਕ ਦੋ ਵਾਰ ਬੋਲ ਕੇ ਸ਼ਾਇਦ ਆਪਣਾ ਗੁੱਸਾ ਘੱਟ ਕੇ ਚੁੱਪ ਕਰ ਜਾਂਦਾ ਪਰ ਉਸ ਤੋਂ ਬਾਅਦ ਹੁਣ ਮੈਂ ਇਸ ਲੜਾਈ ਦਾ ਪੂਰਾ ਪੈਰਾ ਦੇ ਰਿਆ ਹੁਣ ਮੈਂ ਠੋਕ ਕੇ ਡਟ ਕੇ ਮੈਂ ਇਹਨਾਂ ਨੂੰ ਕਹਿਣਾ ਜੇ ਸੱਚੇ ਹੋ ਆਓ ਆਪਾਂ ਹਾਈ ਕੋਰਟ ਚਲੀਏ ਇੱਕ ਵਾਰੀ ਲਾਈਟ ਡਿਟੈਕਟਰ ਟੈਸਟ ਕਰਾ ਲਓ ਪੰਜਾਬ ਚੋਂ ਸਾਰੇ ਜਿਹੜੇ ਆਪਣੇ 15 ਦੇ 15 ਲੀਡਰ ਹੈ ਆਪਣਾ ਰਾਗਵ ਚੱਡਾ ਤੇ ਆਪ ਕੇਜਰੀਵਾਲ ਸਾਹਿਬ ਲਾਈਟ ਡਿਟੈਕਟਰ ਟੈਸਟ ਕਰਾਂ ਤੇ ਮੇਰਾ ਕਰਾ ਲੈਣ ਸੌਰਵ ਜੈਨ ਦਾ ਕਰਾਉਣ ਸ਼ੀਰੇ ਬਨਵਾਰੇ ਦਾ ਕਰਾਉਣ ਮੋੜਾ ਸਿੰਘ ਅਨਜਾਨ ਦਾ ਕਰਾਉਣ ਫਾਊਂਡਰ ਮੈਂਬਰ ਹੈ ਫਾਊਂਡਰ ਮੈਂਬਰ ਤੱਕ ਜਦੋਂ ਆ ਕੇ ਕਹਿ ਰਹੇ ਨੇ ਔਰ ਇਹ ਇੱਕ ਹਲਕੇ ਦੀ ਗੱਲ ਨਹੀਂ ਗੀ ਤੁਸੀਂ ਅੱਜ ਜਿਹੜਾ ਮਰਜ਼ੇ ਹਲਕਾ ਚੱਕ ਕੇ ਵੇਖ ਲਓ ਇਹਨਾਂ ਦੇ ਪੁਰਾਣੇ-ਪੁਰਾਣੇ ਮੈਂਬਰ ਇਹਨਾਂ ਨੂੰ ਇਹਨਾਂ ਦੀ ਇੰਨੀ ਕਿ ਚੀਕ ਨਿਕਲ ਗਈ ਹੈ ਵੀ ਜਿਹੜੀ ਪਵਿੱਤਰ ਜਮਾਤ ਨੂੰ ਇਹ ਕਹਿੰਦੇ ਸੀ ਵੀ ਇਹ ਪਵਿੱਤਰ ਜਮਾਤ ਹੈ ਇਹਨਾਂ ਦੇ ਲੀਡਰ ਨੂੰ ਇਹ ਆਪ ਆਪਣੇ ਦੋਵੇਂ ਹੱਥ ਜੋੜ ਕੇ ਦੋਵੇਂ ਪੈਰ ਜੋੜ ਕੇ ਆਪਣੇ ਵੱਲ ਲੈਣਾ ਚਾਹੁੰਦੇ ਸੀ ਅੱਜ ਉਸੇ ਪਵਿੱਤਰ ਜਮਾਤ ਦੇ ਖਿਲਾਫ ਇਹ ਆਪਣੇ ਲੀਡਰਾਂ ਤੋਂ ਪ੍ਰੈਸ ਕਾਨਫਰੰਸਾਂ ਕਰਾਉਂਦੇ ਫਿਰਦੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਰਾਹ ਕਿੱਧਰ ਦੀ ਪੰਜਾਬ ਦੇ ਅੰਦਰ ਵੜਨ ਦਾ ਰਾਹ ਕਿੱਧਰ ਦੀ ਲੱਭ ਮੇਰਾ ਸਵਾਲ ਐਕਚੁਅਲੀ ਅਗਲਾ ਹੀ ਸੀਗਾ ਮੈਂ ਜੋਤਸ਼ੀਆਲਾ ਕੰਮ ਵੀ ਕੀਤਾ ਹੋਇਆ ਸਿੱਖਿਆ ਹੋਇਆ ਕਿਤੇ ਤੁਸੀਂ ਕੁਝ ਦਿਨ ਪਹਿਲਾਂ ਹੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਤੁਸੀਂ ਗੱਲ ਕਹੀ ਸੀ ਬਈ ਹੁਣ ਇਹ ਕਿਸਾਨਾਂ ਨੂੰ ਬਦਨਾਮ ਕਰਨਗੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੁਸੀਂ ਕਿਹਾ ਸੀ ਸੋਸ਼ਲ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਨਹੀਂ ਕੀਤਾ ਕਿੰਨਾ ਕੀਤਾ ਕਿੰਨਾ ਨਹੀਂ ਸਿੱਧੇ ਤੌਰ ਤੇ ਰਾਗੇ ਚੱਡਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੂਜੇ ਪਾਸੇ ਮੀਤ ਇਹਰ ਜੀ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਇਲਜ਼ਾਮ ਸਿੱਧਾ ਕਿਸਾਨਾਂ ਤੇ ਦੇਖੋ ਮੈਂ ਜੋਛੀ ਜੂਛੀ ਵਾਲਾ ਤਾਂ ਕੋਈ ਕੰਮ ਨਹੀਂ ਮੈਂ ਤਾਂ ਸਿੱਧਾ ਸਾਦਾ ਜੜ ਦਾ ਪੁੱਤ ਐ ਮੈਂ ਤੇ ਅਸੀਂ ਤੇ ਇਹਨਾਂ ਦੇ ਅੰਦਰ ਬੜੇ ਹੋਏ ਸੀ ਅਸੀਂ ਤਾਂ ਵੀਵਰ ਪਾਰਟ ਆਫ ਦਾ ਕੋਰ ਟੀਮ ਸਾਨੂੰ ਤਾਂ ਪਤਾ ਸੀ ਵੀ ਕਿਦਾਂ ਪਲੈਨਿੰਗ ਕਰ ਰਹੇ ਆ ਜਦੋਂ ਇਹਨਾਂ ਨੇ ਟਿਕਟਾਂ ਦਾ ਰੌਲਾ ਪੈਣ ਲੱਗ ਗਿਆ ਖਰੀਦੋ ਫਰੋਦ ਦਾ ਜਦੋਂ ਇਹਨਾਂ ਦੀ ਕਰਪਸ਼ਨ ਦਾ ਰੌਲਾ ਪੈਣ ਲੱਗ ਗਿਆ ਜਦੋਂ ਇਹਨਾਂ ਨੇ ਇਹੋ ਜਿਹੀਆਂ ਗੱਲਾਂ ਆਪਣੀ ਕੋਰ ਟੀਮ ਨੂੰ ਜਾ ਕੇ ਕਹਿਣੀਆਂ ਸ਼ੁਰੂ ਕਰਤੇ ਆ ਵੀ ਹੁਣ ਆਪਾਂ ਨੂੰ ਕਿਸਾਨਾਂ ਦੇ ਮੈਂ ਆਪਣੀ ਪ੍ਰੈਸ ਕਾਨਫਰੰਸ 'ਚ ਕੁਝ ਨਹੀਂ ਓਪਨਲੀ ਕਿਹਾ ਵੀ ਇਹ ਕਿਸਾਨਾਂ ਦੇ ਵਿਰੁੱਧ ਦੇਣਗੇ ਮੈਂ ਤਾਂ ਤੁਸੀਂ ਆਪਣੀ ਉਸ ਦਿਨ ਗੱਲਬਾਤ ਚੱਲ ਰਹੀ ਸੀ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਆਪਣੇ ਆਈਟੀ ਕਿਉਂਕਿ ਪਰਸੈਪਸ਼ਨ ਦੀ ਗੇਮ ਆ ਪੋਲਿਟਿਕਸ ਇਹਨਾਂ ਦੀ ਗੇਮ ਕੀ ਹੈ ਇੱਕ ਬੰਦਾ ਬਿਠਾਇਆ ਹੁੰਦਾ ਇੱਕ ਕਮਰੇ 'ਚ ਉਹਨੇ 100-100 ਪ੍ਰੋਫਾਈਲ ਫੇਕ ਬਣਾਈ ਹੁੰਦੀ ਹੈ ਜਦੋਂ ਤੁਹਾਡੀ ਕੋਈ ਵੀ ਪਾਰਟੀ ਦੇ ਐਂਟੀ ਕੋਈ ਪ੍ਰੈਸ ਕਾਨਫਰੰਸ ਚੱਲਦੀ ਹੈ ਉਹਦੇ ਥੱਲੇ ਕਮੈਂਟ ਪਾਣੇ ਸ਼ੁਰੂ ਕਰ ਦਿੰਦੇ ਹੋ ਆਪਾਂ ਦੇਖਦੇ ਆ ਕਿੰਨੇ-ਕਿੰਨੇ ਸੌ ਕਮੈਂਟ ਆਉਂਦਾ ਹੈ ਬੰਦਾ ਸੋਚਦਾ ਵੀ ਯਾਰ ਸਾਰੀ ਦੁਨੀਆ ਹੀ ਮੇਰੀ ਉਲਟੋ ਕੀ ਪਰਸੈਪਸ਼ਨ ਬਣਾਉਂਦੇ ਹੈ ਨਾ ਹੁਣ ਲਾਸਟ ਇਹਨਾਂ ਨੇ ਆਪਣੇ ਆਈਟੀ ਸੈਲ 'ਚ ਇਹ ਗੱਲ ਕੀਤੀ ਸੀ ਵੀ ਜੇ ਕਿਸਾਨ ਆਪਣੇ ਵੱਲ ਆਪਣੀ ਸੈਟਿੰਗ ਨਾ ਬੈਠੀ ਫਿਰ ਆਪਾਂ ਇਹੋ ਜੀ ਪਰਸੈਪਸ਼ਨ ਬਣਾਉਣੀ ਹੈ ਵੀ ਕਿਸਾਨ ਜਿਹੜੇ ਨੇ ਉਹ ਬੀਜੇਪੀ ਦੀ ਬੀ ਟੀਮ ਹੈ ਉਹ ਆਪਣੇ ਆਈਟੀ ਸੈੱਲ ਨੂੰ ਇਹਨਾਂ ਨੇ ਇਨਸਟਰਕਸ਼ਨ ਦਿੱਤੀ ਅਸੀਂ ਮੈਂ ਤੁਹਾਨੂੰ 2 ਦਿਨ ਪਹਿਲਾਂ ਦੱਸਤੀਆਂ ਸੀ ਉਸ ਤੋਂ ਬਾਅਦ ਇਹਨਾਂ ਦੀ ਪ੍ਰੈਸ ਕਾਨਫਰੰਸਾਂ ਸ਼ੁਰੂ ਹੋ ਗਈਆਂ ਕਿਉਂਕਿ ਇਹਨਾਂ ਦੀ ਗੱਲਬਾਤ ਬਣਨੀ ਨਹੀਂ ਸੀ ਮੈਨੂੰ ਪਤਾ ਸੀ ਕੋਈ ਵੀ ਸਾਫ਼ ਸੁਥਰੀ ਛਵੀ ਵਾਲਾ ਬੰਦਾ ਇਹਨਾਂ ਦੇ ਨਾਲ ਜੁੜਨ ਤੋਂ ਮਨਾ ਕਰ ਦਊਗਾ ਅਗਲਾ ਆਂਦੇ ਪਹਿਲਾ ਸਵਾਲ ਇਹ ਚੱਕੂਗਾ ਵੀ ਭਾਈ ਆਹ ਲਿਸਟਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜਵਾਬ ਦੋ ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਕਿਵੇਂ ਦਵਾਂਗੇ ਇਹਨਾਂ ਕੋਲ ਜਵਾਬ ਕੋਈ ਹੈ ਨਹੀਂ ਕਿਉਂ ਠੱਗੀਆਂ ਮਾਰੀਆਂ ਜੇ ਇਹ ਗਲਤ ਕੰਮ ਨਾ ਕੀਤੇ ਹੁੰਦੇ ਫਿਰ ਠੋਕ ਕੇ ਉਹਨਾਂ ਨੂੰ ਜਵਾਬ ਦਿੰਦੇ ਹੁਣ ਅੱਜ ਉਹੀ ਰਾਜੇਵਾਲ ਸਾ ਜਿਨ੍ਹਾਂ ਨੂੰ ਇਹ ਹੱਥ ਜੋੜ ਕੇ ਕਹਿੰਦੇ ਹੁੰਦੇ ਸੀ ਵੀ ਸਾਨੂੰ ਮੋਰਚੇ 'ਚ ਆ ਕੇ 5 ਮਿੰਟ ਬਹਿ ਲੈਂਦੋ ਅੱਜ ਉਹੀ ਰਾਜੇਵਾਲ ਸਾਹਿਬ ਬੀਜੇਪੀ ਦੀ ਬੀ ਟੀਮ ਹੋ ਗਏ ਉਹੀ ਰਾਜੇਵਾਲ ਸਾਹਿਬ ਜਿਨ੍ਹਾਂ ਦੇ ਖਾਤਰ ਇਹ ਪੰਜਾਬ 'ਚ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਹੁੰਦੇ ਸੀ ਵੀ ਅਸੀਂ ਬੀਜੇਪੀ ਲੀਡਰਾਂ ਨੂੰ ਨੋਟਿਸ ਘਟਾ ਰਹੇ ਹਾਂ ਮੈਂ ਪਹਿਲਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਇੱਕ ਨੋਟਿਸ ਦਿਖਾਓ ਕਿਹੜਾ ਬੀਜੇਪੀ ਲੀਡਰ ਨੂੰ ਘਟਾਇਆ ਤੁਸੀਂ ਆ ਕੇ ਇੱਕ ਪ੍ਰੈਸ ਕਾਨਫਰੰਸ ਜੀ ਕਰਕੇ ਲੋਕਾਂ ਨੂੰ ਵਿਖਾ ਕੇ ਆਏ ਵਿਖਾ ਦਿੰਦੇ ਹੋ ਕਾਗਜ਼ ਭਾਵੇਂ ਕੋਈ ਹੋਰ ਹੀ ਫੜਿਆ ਹੋਵੇ ਹੱਥ 'ਚ ਐ ਲੋਕਾਂ ਨੂੰ ਖਾ ਦਿੰਦੇ ਜੀ ਆਹ ਬ ਫਹੰਦੇ ਅਸਲ ਬੀ ਟੀਮ ਕਿਸਾਨ ਨਹੀਂਗੇ ਅਸਲ ਬੀ ਟੀਮ ਕੇਜਰੀਵਾਲ ਹੈ ਜੇ ਸਹੀ ਮਾਇਨੇ ਚ ਸੱਚਾ ਹੁੰਦਾ ਪਹਿਲਾਂ ਉਹਨਾਂ ਦੇ ਖਾਤਰ ਕਿਸਾਨਾਂ ਦੇ ਖਾਤਰ ਬੀਜੇਪੀ ਨੂੰ ਨੋਟਿਸ ਕੱਢਦਾ ਸੀ ਅੱਜ ਬੀਜੇਪੀ ਦੀ ਖਾਤਰ ਕਿਉਂਕਿ ਇਹਨੂੰ ਪਤਾ ਹੈ ਵੀ ਪੰਜਾਬ ਤੋਂ ਕੁਰਸੀ ਖੁੱਸਣ ਜਾ ਰਹੀ ਹੈ ਅੱਜ ਬੀਜੇਪੀ ਦੀ ਖਾਤਰ ਅੱਜ ਕਿਸਾਨਾਂ ਦਾ ਉਲਟ ਬੋਲਨ ਆਪਿਆ ਤੇ ਸਾਰੇ ਇਹ ਗੱਲ ਮੈਂ ਸਮਝਦਾ ਹਾਂ ਵੀ ਤੁਹਾਡੇ ਰਾਹੀਂ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਬੰਦੇ 'ਚ ਥੋੜਾ ਬਹੁਤ ਜ਼ਮੀਰ ਹੈਗਾ ਆਮ ਆਦਮੀ ਪਾਰਟੀ 'ਚ ਆ ਜੋ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਜੋ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਨੈਤਿਕ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਐਹ ਜੀ ਪਾਰਟੀ ਤੋਂ ਜਿਹੜੀ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਪਾਰਟੀ ਨਹੀਂ ਖਲੋ ਸਕਦੀ ਉਹ ਕਿਸੇ ਨਾਲ ਨਹੀਂ ਖਲੋ ਸਕਦੀ ਉਹਨਾਂ ਦਾ ਕੋਈ ਕਰਤਾਰ ਹੀ ਨਹੀਂਗਾ ਨਹੀਂ ਲੇਕਿਨ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਮੀਥੇਰ ਨੇ ਜਿਹੜੀ ਕੀਤੀ ਹੈ ਮੈਂ ਗੱਲ ਵੀ ਕਰ ਰਿਹਾ ਸੀ ਇੱਕ ਸਰਦਾਰ ਜੀ ਨਾਲ ਬੈਠੇ ਨਹੀਂ ਮੀਥੇਰ ਸਾਹਿਬ ਕਹਿ ਰਹੇ ਨੇ ਵੀ ਫੋਨ ਕੀਤੇ ਜਾ ਰਹੇ ਨੇ ਵੀ ਇਸ ਐਸਐਸਐਮ ਵੱਲੋਂ ਤੁਸੀਂ ਲੜੋ ਅਸੀਂ ਚੋਣ ਦਾ ਖਰਚਾ ਵੀ ਚੱਕਾਂਗੇ ਸਾਰਾ ਖਰਚਾ ਵੀ ਚੱਕਾਂਗੇ ਵੀ ਸਾਡੇ ਬੰਦੇ ਹੁਣ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਹ ਹੁਣ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਬਾਰੇ ਇਹ ਗਲ ਪ੍ਰਚਾਰੀ ਜਾ ਰਹੀ ਹੈ ਖਾਸ ਕਰਕੇ ਰਾਜੀਵ ਸਾਹਿਬ ਹੋਣਾ ਦੀ ਜਿਹੜੀ ਇੱਕ ਪੋਲਿਟੀਕਲ ਜਮਾਤ ਬਣੀ ਆ ਉਹਨਾਂ ਦੇ ਖਿਲਾਫ ਹੁਣ ਮੈਨੂੰ ਇੱਕ ਗੱਲ ਦੱਸੋ ਥੋੜੇ ਦਿਨ ਪਹਿਲਾਂ ਫੋਨ ਤੇ ਭਗਵੰਤਪਨ ਸਾਹਿਬ ਨੂੰ ਵੀ ਆਏ ਸੀ ਉਦੋਂ ਇਹ ਕਹਿੰਦੇ ਸੀ ਫੋਨ ਬੀਜੇਪੀ ਵਾਲੇ ਮਨਿਸਟਰ ਕਰਦੇ ਵੀ ਉਹ ਬੀਬਾ ਜੀ ਆਪਣਾ ਮਿਸਿਸ ਬਾਦਲ ਦੀ ਸੀਟ ਤੁਹਾਨੂੰ ਦੇ ਦੇ ਉਹ ਵੀ ਰੋਲਾ ਪਿਆ ਸੀ ਨੰਬਰ ਜਨਤਕ ਕੀਤਾ ਇਹਨਾਂ ਨੇ ਉਹ ਤੇ ਇੱਕ ਸੋਸ਼ਲ ਮੀਡੀਆ ਸਟੰਟ ਹੈ ਜੇ ਇੰਨੇ ਇੱਕ ਗੱਲ ਉਹ ਮੈਂ ਤਾਂ ਕਹਿੰਦਾ ਮੈਂ ਤਾਂ ਤੁਹਾਡੇ ਸਾਹਮਣੇ ਦਾਵਾ ਠੋਕ ਕੇ ਕਹਿੰਦਾ ਜੇ ਇੱਕ ਪਿਓ ਦੇ ਪੁੱਤੋਂ ਨੰਬਰ ਜਨਤਕ ਕਰੋ ਆਪਣੇ ਫੋਨ ਤੋਂ ਚੁੱਕ ਕੇ ਆਪਣੇ ਆਪ ਨੂੰ ਕਾਲ ਮਾਰ ਲੈਣੀ ਹੈ ਉਹਦੀ ਰਿਕਾਰਡਿੰਗ ਕੱਢ ਲੈਣੀ ਮੁੜ ਕੇ ਕਹਿ ਦੇਣਾ ਹਾ ਹਾ ਜੀ ਸਾਨੂੰ ਫੋਨ ਆ ਗਿਆ ਇਹਨਾਂ ਨੂੰ ਪੰਜਾਬ ਚ ਕੋਈ ਘਰ ਵੜ ਕੇ ਤੇ ਰਾਜੀ ਨਹੀਂ ਹੁਣ ਜਦੋਂ ਦਾ ਪੰਜਾਬ ਦੇ ਪੁੱਤਾਂ ਨੇ ਜਾ ਕੇ ਨਿਕਲ ਕੇ ਦੱਸਿਆ ਲੋਕਾਂ ਨੂੰ ਵੀ ਭਾਈ ਇਹ ਸਾਰੇ ਆਮ ਠੱਗੀਆਂ ਮਾਰ ਰਹੇ ਨੇ ਸਰਿਆਂ ਜਿਵੇਂ ਜੈਨ ਸਾਹਿਬ ਨੇ ਦੱਸਿਆ ਸਰੇ ਆਮ ਟਿਕਟਾਂ ਦੀ ਖਰੀਦ ਦਾ ਵਿਰੋਧ ਹੋ ਰਹੀ ਹੈ ਤੇ ਜੇ ਇੰਨੇ ਸੱਚੇ ਸੁੱਚੇ ਨੇ ਤੇ ਆਓ ਫਿਰ ਕਰਾਓ ਤੁਰਦੇ ਕਿਉਂ ਨਹੀਂ ਹੈ ਮੈਨੂੰ ਤਾਂ ਇੱਕ ਗੱਲ ਹਜੇ ਤੱਕ ਕਿੰਨੀ ਠੋਕ ਕੇ ਇਹਨਾਂ ਨੇ ਮੈਨੂੰ ਚੈਲੰਜ ਮਾਰਿਆ ਸੀ ਔਰ ਪੂਰੇ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਮੈਨੂੰ ਠੋਕ ਕੇ ਚੈਲੰਜ ਮਾਰਦੇ ਆਂ ਵੀ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਇਹਨਾਂ ਦੇ ਕੇਸ ਵੀ ਕਰੂੰਗਾ ਮੈਂ ਆਹ ਵੀ ਕਰੂੰਗਾ ਮੈਂ ਉਹ ਵੀ ਕਰੂੰਗਾ ਅਗਲੀ ਮੈਂ ਗੱਲ ਇੱਕੋ ਘਈ ਹੈ ਮੈਂ ਕਹਿੰਦਾ ਜੀ ਮੈਂ ਮੰਨ ਗਿਆ ਕੇਜਰੀਵਾਲ ਦਬਕੇ ਮਾਰਦਾ ਜੋ ਉਹਨੇ ਚੈਲੰਜ ਦਿੱਤਾ ਮੈਂ ਐਕਸੈਪਟ ਕਰਦਾ ਮੈਂ ਤੁਹਾਨੂੰ ਵੀ ਕਹਿ ਰਿਹਾ ਮੈਂ ਚੈਲੰਜ ਐਕਸੈਪਟ ਕਰਦਾ ਆ ਜਾਓ ਫਿਰ ਲਾਈਟ ਡਿਟੈਕਟਰ ਟੈਸਟ ਕਰਾਓ ਪਤਾ ਲੱਗ ਜਾਊਗਾ ਕੌਣ ਕੌਣ ਸੱਚਾ ਕੌਣ ਝੂਠਾ ਖਤਮ ਕਹਾਣੀ ਉਸ ਤੋਂ ਬਾਅਦ ਜਾਂ ਅਸੀਂ ਨਹੀਂ ਤੇ ਜਾਂ ਤੁਸੀਂ ਨਹੀਂ ਠੀਕ ਹੈ ਨਾ ਜਾਂ ਜਾਂ ਤੇ ਉਹ ਕੀ ਕਹਿੰਦੇ ਜਾਂ ਢਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਇੱਕ ਗੱਲ ਬਣੂਗੀ ਜਾਂ ਉਥੋਂ ਜੜਦਾ ਪੁੱਤ ਬਾਹਰ ਆਊਗਾ ਜਾਂ ਇਹ ਦਿੱਲੀ ਵਾਲਾ ਆ ਜਾਊਗਾ ਠੀਕ ਹੈ ਜਿਹੜਾ ਆ ਗਿਆ ਫਿਰ ਉਹਦੀ ਗੱਲ ਬਣੂਗੀ ਜਾਂ ਤੇ ਜਵਾਬ ਦੇ ਦੇਣ ਵੀ ਭਾਈ ਅਸੀਂ ਨਹੀਂ ਕਰਾਉਣਾ ਤੇ ਜੇ ਚੈਲੈਂਜ ਠੋਕਿਆ ਤੇ ਹੁਣ ਐਕਸੈਪਟ ਕਰਨ ਚੱਲਣ ਮੇਰੇ ਨਾਲ ਮੈਂ ਰੋਜ਼ ਰੋਜ਼ ਆ ਕੇ ਮੈਂ ਉਥੇ ਹਾਈ ਕੋਰਟ ਦੇ ਸਾਹਮਣੇ ਖੜ੍ਹ ਜੂਗਾ ਜਦੋਂ ਮਰਜੀ ਆ ਜਾਓ ਜਿਸ ਦਿਨ ਮਰਜੀ ਆ ਜਾਓ ਮੈਂ ਕਰਾ ਕੇ ਹਟੂਗਾ ਬਿਲਕੁਲ ਨਾਲੇ ਸਵਾਲ ਇਹ ਬਾਤ ਵੱਡਾ ਜਿਵੇਂ ਗੁਰਤੇਜ ਪੰਨੂ ਜੀ ਉਹਨਾਂ ਨੇ ਵੀ ਕਿਹਾ ਵੀ ਜੇ ਤੁਹਾਨੂੰ ਫੋਨ ਆ ਰਹੀ ਨਹੀਂ ਜਾਂ ਬੀਜਪੀ ਵਾਲਾ ਕਰ ਰਿਹਾ ਹੈ ਜਾਂ ਫਿਰ ਕਿਸਾਨ ਕਿਸਾਨਾਂ ਦੀ ਜਿਹੜੀ ਪਾਰਟੀ ਬਣੀ ਐ ਐਸਐਸਐਮ ਉਹਨਾਂ ਵੱਲੋਂ ਵੀ ਆ ਰਹੇ ਨਹੀਂ ਭਾਈ ਸਾਹਿਬ ਉਹ ਫੋਨ ਤੋਂ ਹੀ ਫੋਨ ਕਰਦੇ ਹੋਣਗੇ ਨਾ ਨੰਬਰ ਜਨਤਾ ਕਰੋ ਤੁਸੀਂ ਨੰਬਰ ਅਸ ਤੱਕ ਜਾਂ ਤੱਕ ਨਹੀਂ ਕੀਤਾ ਜਾਂ ਫਿਰ ਸਿਰਫ ਇੱਕ ਪਰਸੈਪਸ਼ਨ ਬਣਾ ਕੇ ਲੋਕਾਂ ਨੂੰ ਬੇਫੂਫ ਬਣਾਣਾ ਹੈ ਤੇ ਸਿਰਫ ਕਿਸੇ ਇੱਕ ਪਾਰਟिकुलर ਜਮਾਤ ਨੂੰ ਬਦਨਾਮ ਕਰਨ ਦੀ ਹੀ ਸਾਰੀ ਕਹਾਣੀ ਰਚੀ ਜਾ ਰਹੀ ਹੈ ਬੜਾ ਵੱਡਾ ਸਵਾਲ ਹੈ ਆਮ ਲੋਕ ਸਵਾਲ ਪੁੱਛ ਰਹੇ ਨੇ ਸਵਾਲੇ ਵੀ ਪੁੱਛ ਰਹੇ ਨੇ ਹੁਣ ਪੰਜ ਸਵਾਲ ਰਾਗਵ ਚੱਡਾ ਜੀ ਨੇ ਪੁੱਛੇ ਨੇ ਜਿਨ੍ਹਾਂ ਵਿੱਚੋਂ ਨਿਚੋੜ ਜਿਹੜਾ ਇਹ ਨਿਕਲਦਾ ਹੈ ਵੀ ਕੀ ਇਹ ਦੱਸਿਆ ਜਾਵੇ ਜਿਹੜਾ ਹੁਣ ਮੋਰਚਾ ਬਣਿਆ ਹੈ ਜਿਹੜਾ ਨਵਾਂ ਜਿਹਨੂੰ ਰਜਿਸਟਰ ਕਰਾਉਣ ਦੇ ਲਈ ਕਹਿੰਦੇ ਵੀ ਇਲੈਕਸ਼ਨ ਕਮਿਸ਼ਨ ਵੀ ਬੜਾ ਕਾਲਾ ਪਿਆ ਹੋਇਆ ਹੈ ਪਾਲਿਸੀ ਵਿੱਚ ਉਹਨਾਂ ਨੇ ਬਹੁਤ ਨਰਮਾਈ ਕਰਤੀ ਹੈ ਤੇ ਉਸ ਇੱਕ ਪਾਰਟੀ ਦੇ ਤੇ ਭਾਜਪਾ ਦੇ ਆਪਸ ਸੰਬੰਧ ਕੀ ਨੇ ਇਹ ਦੱਸਿਆ ਜਾਵੇ ਸਵਾਲ ਇੱਕ ਹੋਰ ਕੀਤਾ ਕਹਿੰਦੇ ਵੀ ਇਸ ਨਵੀਂ ਪਾਰਟੀ ਦੇ ਰਜਿਸਟਰ ਹੋਣ ਦੇ ਨਾਲ ਸਭ ਤੋਂ ਜ਼ਿਆਦਾ ਸਿਆਸੀ ਨੁਕਸਾਨ ਕਿਹੜੀ ਪਾਰਟੀ ਨੂੰ ਹੋਣਾ ਹੈ ਤੇ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋਣਾ ਹੈ ਨੁਕਸਾਨ ਇਹ ਆਪਣਾ ਲਈ ਬੈਠੇ ਨਹੀਂ ਵੀ ਆਵਾ ਦੀ ਪਾਰਟੀ ਨੂੰ ਨੁਕਸਾਨ ਕਰਨ ਦੇ ਲਈ ਹੀ ਪਾਰਟੀ ਰਜਿਸਟਰ ਕਰਵਾਈ ਜਾ ਰਹੀ ਹੈ ਤੇ ਸਵਾਲ ਤਾਂ ਫਿਰ ਮੇਰੇ ਖਿਆਲ ਚ ਪੰਜਾਬੀ ਵੀ ਪੁੱਛਦੇ ਹੋਣਗੇ ਕੁਛ ਨਾ ਕੁਛ ਬਿਲਕੁਲ ਹੁਣ ਪਹਿਲੀ ਗੱਲ ਇਹ ਕਹਿੰਦੇ ਆ ਵੀ ਬੀਜੇਪੀ ਕਿਉਂ ਉਹਨਾਂ ਨੂੰ ਫਾਇਦਾ ਦੇਣ ਜਾ ਰਹੀ ਬੀਜੇਪੀ ਕੋਈ ਸਾਡਾ ਕਿਸਾਨਾਂ ਦਾ ਰਿਲੇਸ਼ਨ ਨਹੀਂ ਸੀ ਉਹਨਾਂ ਨੂੰ ਇਸ ਕਰਕੇ ਕੋਈ ਫਾਇਦਾ ਨਹੀਂ ਦੇਣ ਜਾ ਰਹੀ ਬੀਜੇਪੀ ਇਸ ਕਰਕੇ ਫਾਇਦਾ ਦੇਣ ਜਾ ਰਹੀ ਹੈ ਵੀ ਤਿੰਨੇ ਕਾਲੇ ਕਾਨੂੰਨ ਉਹਨਾਂ ਨੇ ਉਹਨਾਂ ਨੇ ਆਪਣੀ ਮੈਜੋਰਟੀ ਸਾਬਤ ਕਰਕੇ ਉਖਾਈਏ ਤਿੰਨੇ ਕਾਲੇ ਕਾਨੂੰਨ ਅੱਜ ਤਾਈਂ ਦਿੱਲੀ ਸਰਕਾਰ ਤੋਂ ਕਿਸੇ ਨੇ ਜਾਂ ਇਹਨਾਂ ਨੂੰ ਦੱਸੋ ਪੁੱਛੋ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਵੀ ਇਹਨਾਂ ਨੇ ਕੋਈ ਕਾਲੇ ਕਾਨੂੰਨ ਵਾਪਸ ਕਰਾਏ ਹੁਣ ਇਹਨਾਂ ਨੇ ਤੇ ਆਪਣੇ ਨੋਟੀਫਿਕੇਸ਼ਨ ਵੀ ਜਾਰੀ ਕਰਤੀ ਸੀ ਵੀ ਕਾਲੇ ਕਾਨੂੰਨ ਲਾਗੂ ਕਰੋ ਤੇ ਮੁੜ ਕੇ ਆ ਕੇ ਉੱਥੇ ਆ ਕੇ ਮਗਰਮੱਛ ਦੇ ਅਤਰੂ ਕੱਢਦੇ ਸੀ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਵਾਸਤੇ ਵਾਈਫਾਈ ਲਵਾ ਰਹੇ ਆ ਆ ਕਰ ਰਹੇ ਆ ਉਹ ਕਰ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਨੇ ਵੀ ਜਦੋਂ ਪੰਜਾਬ 'ਚ ਬਰਗਾੜੀਆਂ ਬੇਦਬੀਆਂ ਦਾ ਮੁੱਦਾ ਚੱਲਦਾ ਸੀ ਬੇਦਬੀਆਂ ਦਾ ਦੌਰ ਚੱਲਦਾ ਸੀ ਮੈਂ ਇੱਕ ਸਵਾਲ ਇਹਨਾਂ ਨੂੰ ਪਾਉਣਾ ਕਿਹੜੀ ਇਹ ਜੀ ਪਾਰਟੀ ਸੀ ਜਿਹਨੂੰ ਉਸ ਦਾ ਸਭ ਤੋਂ ਵੱਧ ਫਾਇਦਾ ਹੋ ਰਿਆ ਸੀ ਮੈਨੂੰ ਇਸ ਗੱਲ ਦਾ ਇਹ ਜਵਾਬ ਦੇਣ ਇਹ ਤੇ ਬੜੇ ਘੁਮਾਫਰਾ ਕੇ ਸਵਾਲ ਪਾਉਂਦੇ ਨਾ ਮੈਂ ਪੁੱਛਣਾ ਚਾਹੁੰਦਾ ਵੀ ਕੇਜਰੀਵਾਲ ਸਾਹਿਬ ਜਦੋਂ ਬੇਦਬੀਆਂ ਦਾ ਮੁੱਦਾ ਚੱਲਦਾ ਸੀ ਪੰਜਾਬ ਚ ਕਿਹੜੀ ਇਹ ਜੀ ਸਿਆਸੀ ਪਾਰਟੀ ਸੀ ਜਿਹਨੂੰ ਸਭ ਤੋਂ ਵੱਧ ਫਾਇਦਾ ਸੀ ਜਵਾਬ ਦਿਓ ਤੁਸੀਂ ਤੇ ਕਿਹੜੀ ਇਹ ਜੀ ਪਾਰਟੀ ਸੀ ਜਿਹਨੂੰ ਨੁਕਸਾਨ ਹੋ ਰਿਆ ਸੀ ਹੁਣ ਉਸ ਗੱਲ ਦਾ ਵੀ ਜਵਾਬ ਦੇ ਦਿਓ ਤੁਸੀਂ ਗੱਲ ਕਹਿੰਦੇ ਹੋ ਵੀ ਪਹਿਲਾਂ ਤੇ ਤੁਸੀਂ ਹੱਥ ਜੋੜ ਕੇ ਤਰਲੇ ਮਾਰਦੇ ਸੀ ਵੀ ਸਾਨੂੰ 5 ਮਿੰਟ ਕਿਸਾਨ ਮੋਰਚੇ ਚ ਬਾ ਦੇਣ ਤੇ ਸਾਨੂੰ ਉਹਦੇ ਪਬਲਿਸਿਟੀ ਸਟੰਟ ਮਿਲ ਜੇ ਅੱਜ ਪਹਿਲਾਂ ਰਾਜੇਵਾਲ ਸਾਹਿਬ ਨੂੰ ਤੁਸੀਂ ਆਪਣਾ ਸੀਐਮ ਕੈਂਡੀਡੇਟ ਵੀ ਘੋਸ਼ਿਤ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਵੀ ਚੱਲਣਾ ਚਾਹੁੰਦੇ ਸੀ ਓਵਰਨਾਈਟ ਕੀ ਹੋ ਗਿਆ ਉਹਨਾਂ ਨੂੰ ਤਾਂ ਤੁਸੀਂ ਸੀਟਾਂ ਵੀ ਦੇਣ ਨੂੰ ਤਿਆਰ ਹੋਏ ਖੜੇ ਸੀ ਓਵਰਨਾਈਟ ਕੀ ਹੋ ਗਿਆ ਵੀ ਉਹ ਕਿਸੇ ਪਾਰਟੀ ਦੀ ਭਾਜਪਾ ਦੀ ਜਾਂ ਕਿਸੇ ਹੋਰ ਪਾਰਟੀ ਦੀ ਵੀ ਟੀਮ ਬਣ ਗਈ ਨਾਲੇ ਇਸ ਗੱਲ ਤੋਂ ਇੱਕ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਸਿੱਧ ਕਰਦਾ ਵੀ ਅੱਧੀ ਪਜਦੀ ਹਾਰ ਤੇ ਮੰਨ ਕੇ ਬਹਿ ਗਏ ਵੀ ਜਦੋਂ ਇਹਨਾਂ ਨੇ ਇਹ ਵੇਖ ਲਿਆ ਵੀ ਭਾਈ ਕਿਸ ਜੱਟਾਂ ਦੇ ਪੁੱਤ ਉੱਤਰ ਕੇ ਆ ਗਏ ਕਿਸਾਨ ਪੁੱਤ ਉੱਤਰ ਕੇ ਆ ਗਏ ਅਦੀਪ ਜੱਦੀ ਹਾਰ ਤੇ ਉਦੋਂ ਹੀ ਮੰਨ ਗਏ ਵੀ ਇਹਨਾਂ ਨੂੰ ਐ ਲੱਗਣ ਲੱਗ ਗਿਆ ਵੀ ਹੁਣ ਤੇ ਭਾਈ ਗਏ ਅਸੀਂ ਠੀਕ ਹੈ ਇਹ ਗੱਲ ਹੋਰ ਕੁਛ ਨਹੀਂਗਾ ਇਹਨਾਂ ਦਾ ਖੌਫ ਹੈ ਖੌਫ ਕੀ ਹੈ ਵੀ ਸਾਡੇ ਤੋਂ ਸਾਡੀ ਕੁਰਸੀ ਖੋਈ ਹੋਈ ਨਜ਼ਰ ਆਣ ਲੱਗੀ ਬਸ ਹੋਰ ਕੋਈ ਕਹਾਣੀ ਨਹੀਂ ਕਿ ਜੇ ਅਸਲ 'ਚ ਇਹ ਕਹਾਣੀ ਹੈ ਮੈਂ ਕਹਿੰਦਾ ਇੱਕ ਥਾਂ ਪ੍ਰੂਵ ਕਰਨ ਇੱਕ ਤਾਂ ਪ੍ਰੂਫ ਕਰਨ ਕੋਈ ਵੀ ਨੰਬਰ ਨੰਬਰ ਜਾਰੀ ਕਰ ਦੇਣ ਠੀਕ ਹੈ ਉਹ ਨੰਬਰ ਦੇ ਅਸੀਂ ਇਨਵੈਸਟੀਗੇਸ਼ਨ ਆਪ ਅਸੀਂ ਸੀਬੀਏ ਨੂੰ ਕਹਿ ਕੇ ਆਪ ਕਰਾਉਣੀ ਹੈ ਇਨਵੈਸਟੀਗੇਸ਼ਨ ਅਸੀਂ ਉਹਦੀ ਉਹਦੀ ਪੈਰਵਾਹੀ ਕਰਨਗੇ ਤੇ ਅਸੀਂ ਦੂਜਾ ਮਹਿਮਾਨ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਜਿਹੜਾ ਪਹਿਲਾਂ ਉਹ ਰੋਲਾ ਪਿਆ ਉਹਦਾ ਵੀ ਨੰਬਰ ਜਾਰੀ ਕਰੋ ਤੁਹਾਨੂੰ ਪਤਾ ਲੱਗੇ ਸਾਨੂੰ ਵੀ ਪਤਾ ਲੱਗੇ ਵੀ ਤੁਹਾਨੂੰ ਕਿਹੜੀ ਕਿਹੜੀ ਮਿਨਿਸਟਰੀਆਂ ਦੇ ਰਹੇ ਸੀ ਕੀ ਕੁਝ ਦੇ ਰਹੇ ਸੀ ਉਹ ਯਹਾਂ ਪਰ ਕੋਈ ਉਹਦੀ ਰਿਕਾਰਡਿੰਗ ਜਾਰੀ ਕਰ ਦੋ ਵੀ ਭਾਈ ਮੈਨੂੰ ਆਹ ਫੋਨ ਆਇਆ ਵੀ ਆਹ ਰਿਕਾਰਡਿੰਗ ਸੁਣ ਲੋ ਵੀ ਅਗਲੇ ਆਪਣੇ ਜਵਾਬ ਦੇਣ ਨਾ ਇਹ ਕੋਈ ਨੰਬਰ ਜਾਰੀ ਕਰਦੇ ਇਹਨਾਂ ਨੇ ਸਿਆਸੀ ਪਾਰਟ rakyat Melayu akan begitu ya ਕੋਈ ਜਦੋਂ ਲੱਗਦਾ ਵੀ ਭਾਈ ਇਸ ਬੰਨੇ ਉਹ ਫਾਇਦਾ ਨਹੀਂ ਹੋ ਰਿਹਾ ਉਹਨਾਂ ਦੇ ਲੀਡਰ ਨੂੰ ਦੂਜੇ ਬੰਨੇ ਉਹ ਲਿਆ ਕੇ ਝੰਡਾ ਬਦਲ ਦਿੰਦੇ ਆ ਦੂਜੇ ਬੰਨੇ ਉਹ ਸੀਟਾਂ ਲੜਾ ਦਿੰਦੇ ਆ ਸਾਡੇ ਨਾਲ ਤੇ ਸਭ ਕੁਝ ਇਹੀ ਹੋਇਆ ਹੁਣ 56 ਹਲਕਿਆਂ 'ਚ ਤੁਸੀਂ ਰਵਾਇਤੀ ਪਾਰਟੀਆਂ ਦੇ ਲੀਡਰ ਔਰ ਜਿਹੜੇ ਮੈਕਸਿਮ ਕਾਂਗਰਸ ਦੀ ਸਾਈਡ ਤੋਂ ਆਏ ਆ ਫਿਰ ਤੁਸੀਂ ਕਾਂਗਰਸ ਦੇ ਆਊਟਸਾਈਡ ਸਪੋਰਟ ਲਾਈਨ ਨੂੰ ਤਿਆਰ ਹੋਏ ਖੜੇ ਸੀ ਅੱਜ ਕਾਰਪੋਰੇਸ਼ਨ 'ਚ ਬੀਜੇਪੀ ਦਾ ਮੇਅਰ ਕਿਵੇਂ ਬਣ ਗਿਆ ਇਹ ਸਭ ਨੂੰ ਪਤਾ ਹੈ ਵੀ ਕਿਵੇਂ ਉਹ ਟਿਕਟ ਦਾ ਕੀ ਰੋਲਾ ਰੂਲਾ ਪਿਆ ਸਾਰੀ ਗੱਲ ਜਨਤਕ ਹੈ ਮੇਰੇ ਕਹਿਣ ਦੀ ਲੋੜ ਨਹੀਂ ਇਹ ਸਿਆਸੀ ਪਾਰਟੀਆਂ ਜਿਹੜ ਸਿਸਟਮ ਬਣ ਗਿਆ ਨਾ ਇਹ ਇਹਨਾਂ ਨੇ ਆਪਸ ਵਿੱਚ ਏਡਾ ਇੱਕ ਗੱਡ ਜੋੜ ਕਰ ਲਿਆ ਵੀ ਜਦੋਂ ਇਹਨਾਂ ਨੂੰ ਦਿਖਦਾ ਹੈ ਵੀ ਕੁਰਸੀ ਸੱਤਾ ਆਪਣੇ ਹੱਥੋਂ ਜਾਣ ਲੱਗੀ ਹੈ ਉਦੋਂ ਇਹ ਕਿਸੇ ਵੀ ਲੈਵਲ ਤੱਕ ਗਰ ਜਾਂਦੇ ਕੁਝ ਇਹ ਗੱਲ ਹੋਰ ਹੈ ਵੀ ਜਿਹੜਾ ਹੁਣ ਇੱਕ ਨੰਬਰ ਜਾਰੀ ਕੀਤਾ ਹੈ ਵੀ ਮੁੱਖ ਮੰਤਰੀ ਦਾ ਤੁਹਾਡਾ ਪਸੰਦੀਦਾ ਕਿਹੜਾ ਹੈਗਾ ਦੱਸਿਆ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਭਗਵੰਤ ਮਾਨ ਸਾਹਿਬ ਨਾਲ ਵੀ ਕਿਤੇ ਬੜੀ ਮਾੜੀ ਹੋ ਰਹੀ ਹੈ ਤੇ ਉਹ ਵੀ ਪਤਾ ਨਹੀਂ ਕਾਨੂੰ ਹੁਣ ਬੈਠੇ ਹੋਏ ਨੇ ਇੰਨਾ ਚਿਰ ਚੁੱਪ ਹੋ ਗਏ ਸੰਘੂਰ ਵਾਲੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਅਲੱਗ ਵੀ ਖੜੇ ਹੋ ਜਾਣ ਮੇਰੇ ਖਿਆਲ ਜਿਹੜਾ ਉਹਨਾਂ ਨੂੰ ਵੈਸੇ ਜਿਤਾ ਦੇਣਗੇ ਵੀ ਇਹਨਾਂ ਥੱਲੇ ਲੱਗਣ ਕਦੇ ਇਹ ਮਜਬੂਰੀ ਹੋਵੇ ਲੇਕਿਨ ਜਿਹੜੇ 13 ਹਲਕਿਆਂ ਦੀ ਤੁਸੀਂ ਗੱਲ ਕੀਤੀ ਸੀ ਵੀ ਜਿੱਥੇ ਅੱਜ ਬੰਦੇ ਨੂੰ ਜੁਆਇਨ ਕਰਵਾਇਆ ਤੇ 24 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਟਿਕਟਾਂ ਦਿੱਤੀਆਂ ਗਈਆਂ ਉਦੋਂ ਤਾਂ ਨੰਬਰ ਜਾਰੀ ਨਹੀਂ ਕੀਤੇ ਜਾਂ ਕੀਤੇ ਹੋਏ ਸੀ ਪਾਰਟੀ ਦੇ ਨੰਬਰ ਜਾਰੀ ਹੁਣ ਮੈਂ ਤੁਹਾਨੂੰ ਇਸ ਨੰਬਰ ਦੇ ਪਿੱਛੇ ਦੀ ਸਿਆਸਤ ਸਮਝਾਉਣਾ ਕੋਸ਼ੇ ਮਹੀਨੇ ਪਹਿਲਾਂ ਸਾਡੀ ਪਾਰਟੀ 'ਚ ਗੱਲ ਬੜੀ ਵਾਇਰਲ ਹੋਈ ਵੀ ਭਾਈ ਜਿਹੜੇ ਸੰਜੇ ਸਿੰਘ ਹੈ ਤੇ ਦੁਰਗੇਸ਼ ਪਾਟਕ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਆਪਣੇ ਨਜ਼ਦੀਕੀ ਜਿਹੜੇ ਲੀਡਰ ਨੇ ਜਿਨ੍ਹਾਂ ਨੇ 2017 'ਚ ਤੁਹਾਡਾ ਸਾਥ ਦਿੱਤਾ ਸੀ ਉਹਨਾਂ ਦੀ ਮੈਨੂੰ ਇੱਕ ਲਿਸਟ ਬਣਾ ਕੇ ਦੇ ਦਿਓ ਵੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਜਾਂ ਤੇ ਉਹਨਾਂ ਨੂੰ ਟਿਕਟਾਂ ਦਊਂਗਾ ਜਾਂ ਕਿਤੇ ਨਾ ਕਿਤੇ ਐਡਜਸਟ ਕਰੂੰਗਾ ਉਹ ਵਿਚਾਰੇ ਚਲੋ ਅਸੀਂ ਸੰਜੇ ਸਿੰਘ ਜੀ ਦਾ ਸਤਿਕਾਰ ਕਰਦੇ ਹਾਂ ਵਧੀਆ ਲੀਡਰ ਨੇ ਉਹਨਾਂ ਨੇ ਇੱਕ ਲਿਸਟ ਬਣਾ ਕੇ ਆਪਣੇ ਬੰਦਿਆਂ ਦੀ ਦੇ ਦਿੱਤੀ ਤੇ ਉਸ ਚੋ ਇੱਕ ਆਲਰੇਡੀ ਹਲਕਾ ਇੰਚਾਰਜ ਲੱਗਾ ਹੋਇਆ ਸੀ ਮੇਰਾ ਵੀਰ ਫਾਜ਼ਿਲ ਕਾ ਤੋਂ ਸਮਰ ਠੀਕ ਹੈ ਬਾਕੀ ਦੇ ਕਿਸੇ ਨੂੰ ਇੱਕ ਵੀ ਬੰਦੇ ਨੂੰ ਅਡਜਸਟ ਨਹੀਂ ਕੀਤਾ ਗਿਆ ਜਿਹੜਾ ਸਮਰ ਵਿਚਾਰਾ ਹਲਕਾ ਇੰਚਾਰਜ ਲੱਗਾ ਹੋਇਆ ਸੀ ਉਹਦੀ ਟਿਕਟ ਕੱਟਦੀ ਠੀਕ ਹੈ ਜੀ ਇਹਦਾ ਕਹਿਣ ਤੋਂ ਮਤਲਬ ਇਹ ਹੈ ਵੀ ਕੇਜਰੀਵਾਲ ਜੀ ਇੰਨੇ ਕ ਜਿਆਦਾ ਇਨਸਿਕਿਉਰ ਹੈ ਕਿਸੇ ਬੰਦੇ ਦੀ ਵੱਧਦੀ ਪੋਪੂਲਾਰਿਟੀ ਉਹ ਬਰਦਾਸ਼ਤ ਨਹੀਂ ਕਰ ਸਕਦੇ ਪਿੱਛੇ ਜੇ ਸਾਡਾ ਸੱਜਣ ਵੀਰ ਹੈ ਪਟਿਆਲਾ ਦਿਹਾਤੀ ਤੋਂ ਉਹਦੇ ਮਦਰ ਦੇ ਭੂਖ ਸੀਗਾ ਕਰਨਵੀਰ ਟਵਾਣਾ ਜੀ ਉੱਥੇ ਸਾਰਾ ਪੰਜਾਬ ਤੇ ਸੰਜੇ ਸਿੰਘ ਜੀ ਨੇ ਪਹੁੰਚਣਾ ਸੀ ਸਪੈਸ਼ਲੀ ਉਸੇ ਦਿਨ ਕੇਜਰੀਵਾਲ ਜੀ ਨੇ ਸਾਰੇ ਐਮਐਲਏ ਵੀ ਮੇਰੇ ਪਿੱਛੋਂ ਕੋਈ ਸਾਜ਼ਿਸ਼ ਨਾ ਹੋ ਜੇ ਕੋਈ ਇੰਨਾ ਇਨਸਿਕਿਉਰ ਬੰਦਾ ਤੁਸੀਂ ਦੇਖੋ ਕਿਹੋ ਜਿਹੀ ਲੈਵਲ ਦੀ ਇਨਸਿਕਿਉਰਿਟੀ ਹੈ ਸਾਰੇ ਐਮਐਲਏ ਨੂੰ ਤੇ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਵਿਧਾਨ ਸਭਾ ਸਦ ਲੈ ਸਣੇ ਭਗਵੰਤ ਸਿੰਘ ਮਾਨ ਵੀ ਕਿਤੇ ਪਿੱਛੋਂ ਮੇਰੇ ਪਿੱਛੋਂ ਉੱਥੇ ਇਕੱਠੇ ਨਾ ਹੋ ਜਾਣ ਸੰਜੀਤ ਸਿੰਘ ਨਾਲ ਕੋਈ ਸਾਜ਼ਿਸ਼ ਨਾ ਬਣ ਜੇ ਹੁਣ ਮੈਂ ਗੱਲਾਂ ਨਾਲ ਨੰਬਰ ਦੀ ਨੰਬਰ 'ਚ ਕੋਈ ਸੀਐਮ ਫੇਸ ਦੀ ਸਿਆਸਤ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਨੰਬਰ 'ਚ ਸਿਰਫ ਇੱਕ ਚੀਜ਼ ਚੈੱਕ ਕੀਤੀ ਜਾ ਰਹੀ ਹੈ ਉਹ ਦੇਖਣਾ ਚਾਹੁੰਦੇ ਆਂ ਵੀ ਅੱਜ ਭਗਵੰਤ ਮਾਨ ਦੀ ਪੌਪੂਲਾਰਿਟੀ ਕਿਤੇ ਮੇਰੇ ਤੋਂ ਜ਼ਿਆਦਾ ਤੇ ਨਹੀਂ ਵਧ ਗਈ ਜੇ ਜ਼ਿਆਦਾ ਵ ਸ਼ਤਮ ਉਹ ਚੈੱਕ ਕੀਤਾ ਜਾ ਰਿਹਾ ਉਹ ਲਾਸਟ ਵੀ ਕਿਸੇ ਵੀ ਹੱਦ ਚ ਕਿਸੇ ਵੀ ਸਟੇਜ ਤੇ ਜਾ ਕੇ ਉਹ ਇਹ ਨਹੀਂ ਚਾਹੁੰਦੇ ਮੇਰੇ ਤੋਂ ਥੋੜਾ ਜਿਹਾ ਵੀ ਪਾਰਟੀ ਦਾ ਕੰਟਰੋਲ ਖਤਮ ਹੋ ਜੇ ਕਿਉਂਕਿ ਅੱਜ ਦੀ ਡੇਟ ਚ ਦੇਖੋ ਆਈਡੀਓਲੋਜੀ ਤੋਂ ਕਿਵੇਂ ਫਿਰੇ ਆ ਪਹਿਲਾਂ ਕਹਿੰਦੇ ਹੁੰਦੇ ਸੀ ਇੱਕ ਮੇਰਾ ਨਾਮ ਕਿਤੇ ਯੂਜ਼ ਨਹੀਂ ਕੀਤਾ ਜਾਊਗਾ ਪਾਰਟੀ ਦਾ ਨਾਮ ਯੂਜ਼ ਕੀਤਾ ਜਾਊਗਾ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਸਾਰੇ ਪੰਜਾਬ ਚ ਬੋਰਡ ਲੱਗੇ ਆ ਇਹ ਕਹਿੰਦੇ ਹੁੰਦੇ ਸੀ ਕੋਈ ਵੀ ਬੰਦਾ ਦੋ ਦੋ ਅਹੁਦੇ ਨਹੀਂ ਰੱਖੂਗਾ ਕਨਵੀਨਰ ਵੀ ਆਪ ਸਟੇਟ ਮਿਨਿਸਟਰ ਵੀ ਦਿੱਲੀ ਦੇ ਆਪ ਬਣੇ ਬੈਠੇ ਆ ਫਿਰ ਜੇ ਇਹੀ ਗੱਲ ਸੀ ਜੇ ਤੁਸੀਂ ਇਹ ਨੰਬਰ ਜਾਰੀ ਕਰਨੇ ਸੀ ਉਤਰਾਖੰਡ ਵੀ ਦਿੱਲੀ ਵੀ ਕਰੋ ਦਿੱਲੀ ਵੀ ਦੁਬਾਰਾ ਲੋਕਾਂ ਤੋਂ ਪੁੱਛ ਕੇ ਵੇਖੋ ਵੀ ਸ਼ਾਇਦ ਲੋਕੀ ਚਾਹੁੰਦੇ ਨਾ ਹੁਣ ਵੀ ਅਰਵਿੰਦ ਕੇਜਰੀਵਾਲ ਨੂੰ ਫੇਰ ਅਸੀਂ ਚੀਫ ਮਿਨਿਸਟਰ ਬਣਾਉਣਾ ਸ਼ਾਇਦ ਸ਼ਿਸ਼ੋਧਿਆ ਸਾਹਿਬ ਨੂੰ ਚਾਹੁੰਦੇ ਹੋਣ ਸ਼ਾਇਦ ਸੰਜੇ ਸਿੰਘ ਜੀ ਨੂੰ ਚਾਹੁੰਦੇ ਹੋਣ ਸ਼ਾਇਦ ਇਹ ਹੋ ਸਕਦਾ ਵੀ ਭਗਵੰਤ ਮਾਨ ਦੀ ਪੌਪੁਲਾਰਿਟੀ ਪੂਰੇ ਹਿੰਦੁਸਤਾਨ 'ਚ ਇੰਨੀ ਵੱਧ ਚੁੱਕੀ ਹੈ ਵੀ ਉਹ ਚਾਹੁੰਦੇ ਹੋਣ ਵੀ ਦਿੱਲੀ ਦਾ ਚੀਫ ਮਿਨਿਸਟਰ ਭਗਵੰਤ ਮਾਨ ਹੀ ਬਣੇ ਉਦੋਂ ਤੇ ਇਹ ਕਰਦੇ ਨਹੀਂਗੇ ਹੁਣ ਭਗਵੰਤ ਮਾਨ ਨੂੰ ਐਕਚੁਅਲ 'ਚ ਭਗਵੰਤ ਮਾਨ ਨੂੰ ਹੌਲੀ ਹੌਲੀ ਰਗੜਨਾ ਚਾਹੁੰਦੇ ਪਹਿਲਾਂ 13 ਤਰੀਕ ਦੇ ਅਨਾਉਂਸਮੈਂਟ ਸੀ ਇਹਨਾਂ ਦਾ ਸਟੈਂਡ ਉਹ ਤੋਂ ਵੀ ਛੇਤੀ ਬਦਲ ਜਾਂਦਾ ਹੈ ਇਹ ਜਦੋਂ ਮਰਜੀ ਸਟੈਂਡ ਆਪਣਾ ਚੋਲਾ ਬਿਸਤਰਾ ਇਕੱਠਾ ਕਰਕੇ ਕਹਿ ਦਿੰਦੇ ਵੀ ਇਹ ਸਾਡਾ ਸਟੈਂਡ ਨਹੀਂ ਸੀ ਹੁਣ ਨਵਾਂ ਰੱਖਤਾ ਸੀ ਸੈਪਟੈਂਬਰ 30 ਨੂੰ ਅਨਾਉਂਸਮੈਂਟ ਹੋਣੀ ਸੀ ਭਗਵੰਤ ਮਾਨ ਦੀ ਸਾਰੇ ਪੰਜਾਬ 'ਚ ਰੌਲਾ ਪੈ ਗਿਆ ਪੰਜਾਬ ਦੇ ਲੋਕ ਵਿਰੋਧ ਕਰਨ ਲੱਗ ਗਏ ਸੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਟਕਾਣ ਵਾਸਤੇ ਕਿਹਾ ਵੀ 30 ਸਤੰਬਰ ਨੂੰ ਭਗਵੰਤ ਮਾਨ ਦੀ ਅਨਾਉਂਸਮੈਂਟ ਆਜੂਗੀ ਉਸ ਤੋਂ ਬਾਅਦ 30 ਸਤੰਬਰ ਜਿਸ ਦਿਨ ਆਇਆ ਭਗਵੰਤ ਮਾਨ ਜੀ ਦਿੱਲੀ ਚਲੇ ਗਏ ਸਾਰੇ ਰੌਲਾ ਪੈ ਗਿਆ ਸੀ ਭਗਵੰਤ ਮਾਨ ਨੂੰ ਦਿੱਲੀ ਬੁਲਾ ਲਿਆ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਤੇ ਜਾਣਾ 30 ਸਤੰਬਰ ਤੋਂ ਬਾਅਦ ਅੱਜ ਤੱਕ 15 ਦਿਨਾਂ ਦਾ ਟਾਈਮ ਹੋਰ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਹਾਰ ਕੇ ਫਾਈਨਲੀ ਜਿਸ ਦਿਨ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਉਸ ਦਿਨ ਭਗਵੰਤ ਮਾਨ ਦੇ ਥਰੂ ਪ੍ਰੈਸ਼ਰ ਪਾਇਆ ਗਿਆ ਵੀ 13 ਤਰੀਕ ਤੱਕ ਦਾ ਟਾਈਮ ਹੈ ਲੋੜੀ ਤਾਂ ਮੈਨੂੰ ਅਨਾਉਂਸ ਕਰਨ ਲੱਗੇ ਉਸ ਦਿਨ ਆ ਕੇ ਕੀ ਹੋਇਆ ਉਸ ਦਿਨ ਫਿਰ ਆ ਕੇ ਕਹਿ ਗਏ ਵੀ ਭਾਈ ਇਹਨੂੰ ਟਾਈਮ ਫਿਰ ਅੱਗੇ ਪਾ ਦਾਂਗੇ ਹੁਣ ਆ ਨਵਾਂ ਯੰਤਰ ਕੱਢਤਾ ਵੀ ਆ ਨੰਬਰ ਵਾਲਾ ਵੀ ਭਾਈ ਮੈਂ ਤੇਰੀ ਪੌਪੁਲਾਰਿਟੀ ਚੈੱਕ ਕਰਨੀ ਭਗਵੰਤ ਮਾਨ ਦੀ ਪੌਪੁਲਾਰਿਟੀ ਚੈੱਕ ਕਰਨੀ ਦੀ ਲੋੜ ਹੈ ਉਹਦਾ ਡਰ ਆਪਣੇ ਦਿਲ ਚ ਹੈ ਵੀ ਯਾਰ ਕਿਦਾ ਇਹ ਮੇਰੇ ਤੋਂ ਕਿਦਾ ਸਾਈਡ ਬਾਈ ਸਾਈਡ ਜਿਵੇਂ ਸਾਡੇ ਨਾਲ ਕੀਤਾ ਆ ਪੂਰੇ ਪੰਜਾਬ ਨਾਲ ਕੀਤਾ ਵੀ ਬਾਈਪਾਸ ਕਰਾ ਕੇ ਰਵਾਇਤੀ ਪਾਰਟੀਆਂ ਦੇ ਲੀਡਰ ਲਿਆ ਕੇ ਫਿੱਟ ਕੀਤੇ ਉਹਦਾ ਵੀ ਰੀਜ਼ਨ ਕੀ ਹੈ ਉਹਦਾ ਰੀਜ਼ਨ ਇਹ ਹੈ ਵੀ ਹੀ ਵਾਂਟਸ ਦ ਰਿਮੋਟ ਕੰਟਰੋਲ ਇਨ ਹਿਸ ਹੈਂਡ ਜਿਹੜੇ ਬਾਕੀ ਲੀਡਰ ਆ ਉਹ ਡਮੀ ਬਣਾ ਕੇ ਬਿਠਾਏ ਆ ਉਹ ਕਿਸੇ ਨੂੰ ਭਗਵੰਤ ਮਾਨ ਨੂੰ ਕੋਈ ਨਹੀਂ ਰਿਸਪੌਂਡ ਕਰਦਾ ਉਹ ਡਾਇਰੈਕਟਲੀ ਦਿੱਲੀ ਨੂੰ ਰਿਸਪੌਂਡ ਕਰਦੇ ਜਿਹੜੇ ਰਵਾਇਤੀ ਲੀਡਰ ਵੀ ਲਿਆਏ ਆ ਇਹ ਉਹ ਬੰਦੇ ਲਿਆਂਦੇ ਜਿਹਦਾ ਨਾਲ ਭਗਵੰਤ ਮਾਨ ਦਾ ਰਾਬਤਾ ਬਿਲਕੁਲ ਨਾ ਹੋਵੇ ਤਾਂ ਕਿ ਇਵੈਂਚੁਅਲੀ ਜੇ ਬਾਈ ਚਾਂਸ ਮਜਬੂਰੀ ਚ ਕਿਤੇ ਭਗਵੰਤ ਮਾਨ ਨੂੰ ਬਣਾਉਣਾ ਵੀ ਪੈ ਗਿਆ ਤੇ ਬਾਅਦ ਚ ਕਹਿ ਦੇਣਗੇ ਵੀ ਭਾਈ ਐਮਐਲਏ ਦੇ ਨਾਲ ਨਹੀਂ ਹੁਣ ਮੈਂ ਤੈਨੂੰ ਕਿਵੇਂ ਬਣਾਦਾ ਜੇ ਇੱਕ ਦੋ ਮਹੀਨੇ ਅਸਤੇ ਬਾਈ ਚਾਂਸ ਬਣਾ ਵੀ ਦਿੱਤਾ ਤੇ ਬਾਅਦ ਚ ਆਪ ਕੁਰਸੀ ਤੇ ਬਹਿਣਾ ਹੋਇਆ ਤੇ ਕਹਿ ਦੇਣਗੇ ਇਹੀ ਕੰਮ ਇਹਨਾਂ ਨੇ 2017 ਚ ਕੀਤਾ ਸੀ 2017 ਚ ਜਦੋਂ ਆਪ ਜੀ ਮੰਤਰੀ ਦੀ ਕੁਰਸੀ 'ਚ ਬਹਿਣਾ ਸੀ ਇਹਨਾਂ ਨੇ ਉਦੋਂ ਵੀ ਦੋ ਗਰੁੱਪ ਬਣਾਤੇ ਪੰਜਾਬ 'ਚ ਫੂਲਕਾ ਸਾਹਿਬ ਦਾ ਅਲੱਗ ਛੋਟੇਪੁਰ ਸਾਹਿਬ ਦਾ ਅਲੱਗ ਮਾਨ ਦਾ ਅਲੱਗ ਇਹਨਾਂ ਨੇ ਐਂਡ 'ਚ ਬਕਾਉਣਾ ਕੀ ਸੀ ਵੀ ਸਾਰੇ ਗਰੁੱਪ ਆਪਸ 'ਚ ਲੜਦੇ ਆ ਇਹਨਾਂ ਦੇ ਆਪਸ ਵਿੱਚ ਚੀਫ ਮਿਨਿਸਟਰ ਦੀ ਕੁਰਸੀ ਉੱਤੇ ਲੜਾਈ ਹੋ ਰਹੀ ਹੈ ਇਸ ਕਰਕੇ ਇਹਨਾਂ ਦੇ ਇੱਕੋ ਬੰਦੇ ਦੇ ਨਾਮ ਤੇ ਸਹਿਮਤੀ ਬੰਦੀ ਉਹ ਕੇਜਰੀਵਾਲ ਹੈ ਇਹ ਬੈਕ ਡੋਰ ਐਂਟਰੀ ਕੇਜਰੀਵਾਲ ਸਾਹਿਬ ਪੰਜਾਬ 'ਚ ਮਾਰਨਾ ਚਾਹੁੰਦੇ ਆ ਨਹੀਂ ਤੇ ਇਹ ਅਨਾਉਂਸ ਕਰ ਦਿੰਦੇ ਹੁਣ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਅਨਾਉਂਸਮੈਂਟ ਤੋਂ ਬਾਅਦ ਵੀ ਮੇਰੀ ਐ ਭਵਿਸ਼ਵਾਣੀ ਹੈ ਜਿਹੜਾ ਤੁਸੀਂ ਕਹਿੰਦੇ ਨਾ ਵੀ ਜੋਤ ਸੀ ਮੈਂ ਤੁਹਾਨੂੰ ਕਲੀਅਰ ਦੱਸ ਦਿੰਨਾ ਔਰ ਇਹ ਪਾਰਟੀ ਦੇ ਕੋਰ ਕਮੇਟੀ ਸਾਰੀ ਨੂੰ ਪਤਾ ਹੈ ਚਾਹੇ ਇਹਨੂੰ ਅਨਾਉਂਸ ਕਰ ਦੇਣ ਚਾਹੇ ਇਹਦੇ ਨਾਮ ਤੇ ਇਲੈਕਸ਼ਨ ਲੜਨ ਵੱਧ ਤੋਂ ਵੱਧ ਵੱਤੋ ਵੱਧ ਐਟ ਮੈਕਸ ਇੱਕ ਸਾਲ ਤੋਂ ਵੱਧ ਸੀਐਮ ਨਹੀਂ ਰਹਿ ਸਕਦਾ ਭਗਵੰਤ ਮਾਨ ਇਹ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਅਵਲ ਤੇ ਪਹਿਲੀ ਗੱਲ ਤੋਂ ਸਰਕਾਰ ਹੀ ਨਹੀਂ ਬਣਦੀ ਜੇ ਮੈਂ ਕਹਿੰਨਾ 0.000001% ਬਣ ਵੀ ਗਈ ਇੱਕ ਮਹੀਨਾ ਦੋ ਮਹੀਨਾ ਹੱਦ ਸਾਲ ਮੁੜ ਕੇ ਬੈਕ ਡੋਰ ਐਂਟਰੀ ਕੇਜਰੀਵਾਲ ਠੀਕ ਹੈ ਇਸੇ ਕਰਕੇ ਕਹਿੰਦੇ ਆਸੀਂ ਕੇਜਰੀਵਾਲ ਰਵਾਇਤੀ ਪਾਰਟੀਆਂ ਦੇ ਨਾਲ ਕੇਜਰੀਵਾਲ ਪੰਜਾਬ ਦੇ ਨਾਲ ਨਹੀਂ ਕੇਜਰੀਵਾਲ ਰਵਾਇਤੀ ਪਾਰਟੀਆਂ ਦੇ ਨਾਲ ਸਾਨੂੰ ਗੱਲਬਾਤ ਕਰਨੀ ਬਹੁਤ ਬਹੁਤ ਧੰਨਵਾਦ ਤੇ ਬੜੇ ਵਾਜਬ ਜੀ ਸਵਾਲ ਨੇ ਤੇ ਪਹਿਲਾਂ ਵੀ ਇਹਨਾਂ ਨੇ ਸਵਾਲ ਹੀ ਪੁੱਛੇ ਸੀ ਬਈ ਜਿਹੜੇ ਇਹ 13 ਹਲਕਿਆਂ ਦੇ ਵਿੱਚ ਤੁਸੀਂ ਨੁਮਾਇੰਦੇ ਕੈਂਡੀਡੇਟ ਉਤਾਰੇ ਨੇ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਕਿਹੜਾ ਸਰਵੇ ਕਰਵਾ ਕੇ ਟਿਕਟਾਂ ਵੀ ਵੰਨ ਦਿੱਤੀਆਂ ਗਈਆਂ ਨੇ ਤੇ ਇਨਾਮ ਮਿਲਿਆ ਹੈ ਜੀ ਕਿ ਡੈਫਰਮੇਸ਼ਨ ਦੇ ਨੋਟਿਸਿਜ਼ ਆਣੇ ਸ਼ੁਰੂ ਹੋ ਗਏ ਖੈਰ ਜੱਟ ਦਾ ਪੁੱਤ ਖੜਾ ਹੈ ਤੇ ਓਪਨ ਚੈਲੰਜ ਕੀਤਾ ਹੈ ਕਿ ਆਓ ਤੇ ਲਾਈ ਡਿਟੈਕਟਿਡ ਟੈਸਟ ਕਰਵਾਈਏ ਐਫੀਡੈਵਿਟ ਦੇਈਏ ਹਾਈ ਕੋਰਟ ਦੇ ਵਿੱਚ ਹੁਣ ਜੇ ਹੈਗਾ ਤੇਲਾਂ ਚ ਤੇਲ ਤਾਂ ਆਓ ਤੇ ਐਕਸੈਪਟ ਕਰੋ ਗੁਰਤੇਜ ਸਿੰਘ ਪੰਨੂ ਦਾ ਚੈਲੰਜ ਤੇ ਹੋ ਜਵੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਆਖਰ ਸੱਚਾ ਕੌਣ ਸੀ ਤੇ ਝੂਠਾ ਕੌਣ ਬਾਕੀ ਰਹੀ ਗੱਲ ਡਰਨ ਡਰਾਉਣ ਦੀ ਤਾਂ ਗੁਰਤੇਜ ਸਿੰਘ ਪੰਨੂ ਨੇ ਇੱਕ ਗੱਲ ਕਹਿਤੀ ਹੈ ਮੈਂ ਕੱਲ ਵੀ ਖੜਾ ਸੀ ਅੱਜ ਵੀ ਖੜਾ ਹਾਂ ਤੇ ਕੱਲ ਵੀ ਆਪਣੇ ਸਟੈਂਡ ਤੇ ਖੜਾ ਹਾਂ ਤੇ ਸਟੈਂਡ ਪੰਜਾਬੀਆਂ ਦਾ ਬਦਲਣ ਵਾਲਾ ਨਹੀਂ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਚੰਡੀਗੜ੍ਹ